ਕਿ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਅਜੇ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਅਜੇ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਗਣਤੰਤਰ ਦਿਵਸ ਤੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਕਰਕੇ ਕਾਫੀ ਚਰਚਾ ਵਿੱਚ ਆ ਗਏ ਹਨ ਜੋਸ਼ੀ ਦੇ ਇਸ ਬਿਆਨ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਜਿਸ ਵਿੱਚ ਉਹ ਗਣਤੰਤਰ ਦਿਵਸ ਤੇ ਦੇਸ਼ ਦੇ ਆਜ਼ਾਦ ਹੋਣ ਦੀ ਗੱਲ ਕਹਿ ਰਹੇ ਹਨ ਵੀਡੀਓ ਮੁਤਾਬਕ ਜੋਸ਼ੀ ਨੇ ਕਿਹਾ 26 ਜਨਵਰੀ ਨੂੰ ਸਾਡਾ ਮੁਲਕ ਆਜ਼ਾਦ ਹੋਇਆ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸ਼ਹੀਦ ਉਧਮ ਸਿੰਘ ਆਦਿ ਲੱਖਾਂ ਨੌਜਵਾਨਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਅਜੇ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਅਜੇ ਗਣਤੰਤਰ ਦਿਵਸ ਹੈ 26 ਜਨਵਰੀ ਸਾਡਾ ਮੁਲਕ ਆਜ਼ਾਦ ਹੋਇਆ ਆਜ਼ਾਦੀ ਦਾ ਇਤਿਹਾਸ ਸਭ ਨੂੰ ਪਤਾ ਲੱਖਾਂ ਨੌਜਵਾਨਾਂ ਨੇ ਕੁਰਬਾਨੀ ਕੀਤੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਸ਼ਹੀਦ ਉਧਮ ਸਿੰਘ ਇਹ ਚੰਦ ਨਾਮ ਹੈ ਲੱਖਾਂ ਹੀ ਲੋਕਾਂ ਨੇ ਸੈਕਰੀਫਾਈਸ ਕੀਤਾ ਇਸ ਦੇਸ਼ ਵਾਸਤੇ ਸਾਨੂੰ ਇਹ ਆਜ਼ਾਦੀ ਮਿਲੀ ਇਸ ਆਜ਼ਾਦੀ ਨੂੰ ਸੰਭਾਲਣ ਵਾਸਤੇ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਜੋ ਸਮੇਂ ਦੇ ਨਾਲ ਇਹਨਾਂ 69 ਸਾਲਾਂ ਦੇ ਵਿੱਚ ਕਮੀਆਂ ਪੇਸ਼ੀਆਂ ਲੋਕਾਂ ਦੀ ਸੋਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਹੋਰ ਪੈਸੇ ਦੀ ਦੌੜ ਲੋਕ ਸ਼ਾਇਦ ਦੇਸ਼ ਨੂੰ ਭੁੱਲਦੇ ਜਾ ਰਹੇ ਆ ਆਪਣੇ ਨੇਸ਼ਨ ਨੂੰ ਭੁੱਲਦੇ ਜਾ ਰਹੇ ਆ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਆ ਅਤੇ ਇਹ ਐਫਰਟ ਬਹੁਤ ਵਧੀਆ ਮੇਰੇ ਹਿਸਾਬ ਨਾਲ ਕਿਉਂਕਿ ਨੌਜਵਾਨ ਜਦੋਂ ਇਨਵੋਲਵ ਹੁੰਦਾ ਵਾ ਕਿਸੇ ਦੇਸ਼ ਭਗਤੀ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਐਸੇ ਈਵੈਂਟ ਦੇ ਵਿੱਚ ਅਤੇ ਉਹਦੇ ਜੋ ਉਤਸ਼ਾਹ ਜੋ ਜੋਸ਼ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਵੀ ਇਹੀ ਕਹਿੰਦੇ ਕਿ ਸਾਡਾ ਦੇਸ਼ ਜਵਾਨ ਆ ਦੁਨੀਆ ਵਰਲਡ ਬੁੱਢਾ ਹੋ ਚੁੱਕਾ 65% ਯੂਥ ਤਾਕਤ ਸਾਡੇ ਕੋਲ ਆ ਯੂਥ ਪਾਵਰ ਸਾਡੇ ਕੋਲ ਆ 65% ਨੌਜਵਾਨ ਹੈ ਇਸ ਦੇਸ਼ ਦੇ ਵਿੱਚ ਅਤੇ ਇਸ ਦੇਸ਼ ਦਾ ਰਸਤਾ ਨਹੀਂ ਰੁਕ ਸਕਦਾ ਜੇ ਸਾਡੀ ਦਿਸ਼ਾ ਸਹੀ ਹੋਵੇ ਇਸ ਕਰਕੇ ਇਹ ਨੌਜਵਾਨ ਨੂੰ ਦਿਸ਼ਾ ਦੇਣ ਵਾਸਤੇ ਯੂਥ ਨੂੰ ਉਹਨਾਂ ਦੇ ਅੰਦਰ ਇੱਕ ਦੇਸ਼ ਭਗਤੀ ਦੀ ਜੋਤ ਜਗਾਉਣ ਵਾਸਤੇ ਉਹਨਾਂ ਸ਼ਹੀਦਾਂ ਦਾ ਸਮਰਨ ਕਰਾਉਣ ਵਾਸਤੇ ਇਸ ਗਣਤੰਤਰ ਦਿਵਸ ਦੀ ਜਿਹੜੀ ਆ ਪ੍ਰੋਗਰਾਮ ਹੋ ਰਿਹਾ ਮੇਰਾ ਖਿਆਲ ਆ ਇਹ ਐਸੇ ਪ੍ਰੋਗਰਾਮ ਰੈਗੂਲਰ ਹੋਣੇ ਚਾਹੀਦੇ ਆ ਮੈਂ ਵਧਾਈ ਦਿੰਦਾ ਸਾਰੀ ਮੈਨੇਜਮੈਂਟ ਨੂੰ ਕੰਟੋਨਮੈਂਟ ਬੋਰਡ ਨੂੰ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਮੁਬਾਰਕਾਂ ਜੋ ਸਾਡਾ ਮੰਤਵ ਆ ਉਹ ਪੂਰਾ ਹੋਵੇ ਇਸ ਤਰ੍ਹਾਂ ਦੇ ਐਫਰਟ ਹੁੰਦੇ ਰਹਿਣੇ ਚਾਹੀਦੇ ਆ ਆਜ਼ਾਦੀ ਦਾ ਇਤਿਹਾਸ ਸਭ ਨੂੰ ਪਤਾ ਹੈ ਇਸ ਵੀਡੀਓ ਨਾਲ ਭਾਜਪਾ ਦਾ ਕਾਫੀ ਮਜ਼ਾਕ ਉੱਡ ਰਿਹਾ ਹੈ ਦੇਸ਼ ਇਸ ਵੇਲੇ ਕਿੰਨੀ ਤਰੱਕੀ ਕਰ ਰਿਹਾ ਹੈ ਇਸ ਗੱਲ ਦਾ ਅੰਦਾਜ਼ਾ ਮੰਤਰੀਆਂ ਦੇ ਅਜਿਹੇ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਵੀ ਅਨਿਲ ਜੋਸ਼ੀ ਤਰਨ ਤਾਰਨ ਵਿਖੇ ਝੰਡਾ ਲਹਿਰਾਉਣ ਮੌਕੇ ਆਪਣੇ ਪੁੱਤਰ ਦੀਆਂ ਸ਼ਰਾਰਤਾਂ ਕਰਕੇ ਸੁਰਖੀਆਂ 'ਚ ਆ ਗਏ ਸਨ ਪਰ ਇਸ ਵਾਰ ਤਾਂ ਮੰਤਰੀ ਸਾਹਿਬ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਸੁਰਖੀਆਂ ਬਟੋਰ ਲਈਆਂ ਹਨ ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ